ਪੁਲਿਸ ਨੇ ਆਮ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਪਰ ਜਦੋਂ ਪੁਲਿਸ ਹੀ ਬੇਇਨਸਾਫੀ ਕਰਨ ਲੱਗ ਜਾਵੇ ਤਾਂ ਫਿਰ ਕਿਹਾ ਜਾਂਦਾ ਕਿ ਰੱਬ ਹੀ ਰੱਖਾ ਹੈ ਉਹੀ ਹਾਲ ਹੈ ਮੈਡਮ ਜਗਿੰਦਰ ਕੌਰ ਦਾ ਇਹਨਾਂ ਨੂੰ 19 ਸਾਲ ਹੋ ਗਏ ਇਨਸਾਫ ਲਈ ਇਹ ਦਰਦ ਦਰਦੀਆਂ ਟੁਕੜਾਂ ਖਾਂਣ ਲਈ ਮਜਬੂਰ ਨੇ ਕਦੇ ਡੀਜੀਪੀ ਦਫ਼ਤਰ ਜਾਂਦੇ ਨੇ ਕਦੇ ਸੀਐਮ ਹਾਸ ਜਾਂਦੇ ਨੇ ਕਦੇ ਲੁਧਿਆਣੇ ਪੁਲਿਸ ਅਧਿਕਾਰੀਆਂ ਕੋਲ ਜਾਂਦੇ ਨੇ ਪਰ ਇਨਸਾਫ ਨਹੀਂ ਮਿਲਿਆ ਕਿਉਂਕਿ ਇਹਨਾਂ ਦੇ 8 ਪਲਾਟਾਂ ਉੱਤੇ ਕੁਝ ਗੱਡੀਆਂ ਤੇ ਤੇ ਦੋ ਕੋਠੀਆਂ ਤੇ ਕਬਜ਼ਾ ਕੀਤਾ ਸੀ ਜਿਹਦੇ ਵਿੱਚ ਪੁਲਿਸ ਵਾਲਾਂ ਦੀ ਮਿਲਿ ਭੁਗਤ ਸੀ ਪਰ ਨਾਲ ਛੁੱਟੇ ਕੇਸ ਵੀ ਦਰਜ ਕਰਵਾ ਦਿੱਤੇ ਛੁੱਟੇ ਕੇਸਾਂ 'ਚ ਭਾਵੇਂ ਇਹ ਬੜੀ ਹੋ ਗਏ ਨੇ ਪਰ ਇਹਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲ ਰਿਹਾ ਬਾਰ-ਬਾਰ ਇਹ ਸਰਕਾਰ ਅੱਗੇ ਬੇਨਤੀਆਂ ਕਰਦੇ ਨੇ ਪੀਐਮ ਮੋਦੀ ਤੱਕ ਚਿੱਠੀਆਂ ਲਿਖ ਚੁੱਕੇ ਨੇ ਹਜੇ ਵੀ ਇਨਸਾਫ ਇਹਨਾਂ ਨੂੰ ਲੱਗਦਾ ਕਿ ਕੋਹਾਂ ਦੂਰ ਹੈ ਗੱਲ ਕਰਦੇ ਆ ਅੱਜ ਫਿਰ ਇਹ ਮੁੱਖ ਮੰਤਰੀ ਹਾਊਸ ਮਿਲ ਕੇ ਆਏ ਨੇ ਅਧਿਕਾਰੀਆਂ ਨਾਲ ਅਧਿਕਾਰੀਆਂ ਨੇ ਪ੍ਰੋਸਾ ਦਿੱਤਾ ਹੈ ਕਿ ਉਹਨਾਂ ਦੀ ਗੱਲ ਭਗਵੰਤ ਮਾਨ ਨਾਲ ਜ਼ਰੂਰ ਕਰਵਾਈ ਜਾਏਗੀ ਗੱਲ ਕਰਦੇ ਆ ਮੈਮ ਅੱਜ ਤੁਸੀਂ ਮਿਲੇ ਸੀਐਮ ਹਾਊਸ ਪਹਿਲਾਂ ਤਾਂ ਇਹ ਮੋٹے ਜਿਹੇ ਰੂਪ ਚ ਦੱਸ ਦੋ ਕਿ ਤੁਹਾਡੀ ਪ੍ਰੋਬਲਮ ਕੀ ਆ ਦਿੱਕਤ ਕੀ ਆ ਸਾਰਾ ਮਸਲਾ ਕੀ ਆ ਤੁਸੀਂ ਥੋੜਾ ਬ੍ਰੀਫ ਦੇ ਵਿੱਚ ਦੱਸ ਦਿਓ ਸਰ ਬ੍ਰੀਫ ਦੇ ਵਿੱਚ ਤਾਂ ਵੈਸੇ 19 ਸਾਲ ਹੋ ਗਏ ਬਹੁਤ ਖੁਸ਼ਹਾਲ ਪਰਿਵਾਰ ਸੀ ਦੋ ਕੋਠੀਆਂ ਸੀ ਪਲਾਟ ਸੀ ਬਹੁਤ ਵਧੀਆ ਫੈਮਿਲੀ ਸੀ ਸਾਰੇ ਕਾਰੋਬਾਰੀ ਸੀ ਤੇ 50 ਜੱ ਲੱਗ ਗਿਆ ਵੀ ਇਹਨਾਂ ਨੇ ਕੋਈ ਮਾਫੀਆ ਬਣਾਇਆ ਹੋਇਆ ਲੇਕਿਨ ਮਾਫੀਆ ਕੋਈ ਨਹੀਂ ਹੈ ਜੀ ਇਹ ਆਪ ਹੀ ਆ ਸਰੇ ਮਾਫੀਆ ਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਵਾਲੇ ਕਿਹੜੇ ਸੰ ਦੀ ਗੱਲ ਹੈ ਇਹ ਇਹ 2003 ਤੋਂ ਸ਼ੁਰੂ ਹੋਇਆ 2004 ਚ ਪੰਬੜ ਮਚ ਗਿਆ ਜੋ 2005 ਚ ਵਿੱਚ ਰੋੜੀ ਪੈ ਗਈ ਸ਼ੇਰ ਵਿੱਚ ਉਹਨਾਂ ਤੇ ਪਰਚੇ ਦਰਜ ਹੋ ਗਏ 7 ਦੇ ਵਿੱਚ ਅਸੀਂ ਸਾਨੂੰ ਲੱਗਦਾ ਸੀ ਵੀ ਸਾਨੂੰ ਇਨਸਾਫ ਮਿਲ ਜਾਊਗਾ ਕਿਉਂਕਿ 77 ਬੰਦੇ ਲੁੱਟੇ ਹੋਏ ਸੀ ਜਿਹੜੇ ਆਈਜੀ ਸਾਹਿਬ ਦੇ ਪੇਸ਼ ਹੋਏ ਸੀ ਲੇਕਿਨ ਬਾਅਦ ਵਿੱਚ ਇੰਨਾ ਕਮਸਾਨ ਪੈ ਗਿਆ ਕਿ ਸਾਨੂੰ ਜਦੋਂ ਡੀਜੀਪੀ ਕੋਲ ਸਾਡੇ ਕਮਿਸ਼ਨਰ ਸਾਹਿਬ ਕਹਿੰਦੇ-ਕਹਿੰਦੇ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਡੀਜੀਪੀ ਕੋਲ ਜਾਓ ਕਿਉਂਕਿ ਪਹਿਲਾਂ ਕਦੀ ਡੀਜੀਪੀ ਦੇਖਿਆ ਹੀ ਨਹੀਂ ਸੀਗਾ ਡੀਜੀਪੀ ਕੋਲ ਆਏ ਉਹ ਕਹਿੰਦਾ ਐਡੀਜੀਪੀ ਕੋਲ ਜਾਓ ਐਡੀਜੀਪੀ ਕੋਲ ਗਏ ਉਹ ਕਹਿੰਦਾ ਉਹਦੇ ਕੋਲ ਫਿਰ ਦੇਰੇ ਜੀ ਚੌਥੀ ਪੰਜਵੀਂ ਛੇਵੀਂ ਚੌਥੀ ਪੰਜਵੀਂ ਛੇਵੀਂ ਬਸ ਹੋ ਗਈ ਉਹਨਾਂ ਐਂਡ ਦੇ ਉੱਤੇ ਆ ਕੇ ਸਾਨੂੰ ਪਤਾ ਲੱਗਾ ਵੀ ਸਾਡੇ ਨਾਲ ਤਾਂ ਸਾਰਾ ਝੁਲਮ ਹੀ ਇਹ ਪੰਜਵੀਂ ਛੇਵੀਂ ਮੰਜ਼ਲ ਤੋਂ ਹੋ ਰਿਹਾ ਜਦੋਂ ਅਸੀਂ ਆਰਟੀਆਈ ਲਈਆਂ ਉਹ ਸਾਰੇ ਆਰਡਰ ਹੀ ADGP ਕ੍ਰਾਈਮ ਦੇ ਸੀ ADGP ਕ੍ਰਾਈਮ ਨੇ ਕਿਹਾ ਵਿਪਮ ਮਾਮਲਾ ਕਮਗਾਣਾ ਇਹਨੂੰ ਫੜ ਕੇ ਜੇਲ੍ਹ ਚ ਬੰਦ ਕਰੋ ਗੁੰਡੇ ਨਾ ਕੱਢਿਓ ਇਹਦੇ ਘਰ ਸੋ ਸ਼ੌਕਿੰਗ ਉਸ ਵੇਲੇ ਸਾਨੂੰ ਉਸਲੇ ਬਹੁਤ ਤਕਲੀਫ ਹੋਈ ਜਦ ਸੀ ਦੇਖਿਆ ਫਿਰ ਮੈਂ ਡੀਜੀਪੀ ਸਾਹਿਬ ਨੂੰ ਮਿਲ ਕੇ ਲਿਖਤੀ ਰੂਪ ਦੇ ਵਿੱਚ ਦਿੱਤਾ ਵੀ ਅਸੀਂ ਇਸ ADGP ਕੋਲ ਨਹੀਂ ਜਾਣਾ ਜੇ ਕੁਝ ਸਾਨੂੰ ਦੇਣਾ ਤੁਸੀਂ ਦਿਓ ਇੱਕ ਆਇਆ ਡੀਜੀਪੀ ਦੂਜਾ ਆਇਆ ਤੀਜਾ ਆਇਆ ਚੌਥਾ ਆਇਆ ਵੀ ਡੋਨਟ ਨੋ ਕਿ ਇਹ ਸਰਕਾਰ ਹੈ ਕਿ ਇਹ ਪੁਲਿਸ ਹੈ ਕਿ ਇਹ ਡਾਕੂਆ ਇੱਕ ਐਸਐਚਓ ਕਿਸੇ ਲੇਡੀ ਨੂੰ ਰਾਹ ਰੋਕ ਕੇ ਉਹਦੇ ਗਲ ਤੋਂ ਗਹਿਣੇ ਲਾਉਂਦਾ ਉਹਦੇ ਮੋਬਾਈਲ ਕੈਸ਼ ਸਭ ਕੁਝ ਖੋਂਦਾ ਮੈਂ ਪਹਿਲੀ ਵਾਰ ਦੇਖਿਆ ਹਾਈ ਕੋਰਟ ਗਏ ਹਾਈ ਕੋਰਟ ਨੇ ਬਲੈਂਕਟ ਵੇਲ ਦਿੱਤੀ ਬਹੁਤ ਵਧੀਆ ਸਿਕਿਉਰਿਟੀ ਦਿੱਤੀ ਉਹ ਥਾਣੇਦਾਨ ਨੇ ਪੜ ਕੇ ਛੱਡ ਦਿੱਤੀ ਕਹਿੰਦਾ ਅਸੀਂ ਨਹੀਂ ਕਿਸੇ ਹਜੇ ਹਾਈ ਕੋਰਟ ਨੂੰ ਮੰਨਦੇ ਥੈਨ ਵੀ ਡੋਨਟ ਨੋ ਕਿੱਥੇ ਜਾਊਗਾ ਉਹ ਬੰਦਾ ਜਿਹਦਾ ਘਰ ਵੀ ਲੁੱਟਿਆ ਗਿਆ ਉਹਦਾ 골ਡ ਕੈਸ਼ ਮੋਬਾਈਲ ਸਭ ਕੁਝ ਲੁੱਟੇ ਗਏ ਜਿਹੜੀ ਤੁਹਾਡੀ ਲੁੱਟੂ ਇਸੀ ਉਹ ਚ ਕੀ ਕੁਝ ਮਿਲ ਗਿਆ ਕੀ ਕੁਝ ਰਹਿ ਗਿਆ ਕੁਝ ਵੀ ਨਹੀਂ ਮਿਲਿਆ ਜੀ ਉਹ ਜਿਹੜੀ ਕੋਠੀ ਚ ਅਸੀਂ ਰਹਿਨੇ ਆ ਉਹ ਅਸੀਂ ਕੋਟ ਤੋਂ ਲਈ ਆ ਆਪਣਾ ਹੀ ਘਰ ਕੋਈ ਕੋਟ ਤੋਂ ਥੋੜੀ ਲਿੰਦਾ ਹੁੰਦਾ ਉਹ ਤਾਂ ਸਾਡਾ ਘਰ ਸੀ ਹੁਣ ਜਿਹੜੀ ਦੂਜੀ ਕੋਠੀ ਆ ਰਜੇਸ਼ ਕੁਮਾਰ ਠਾਨੇਦਾਰ ਨੇ ਉਸ ਜਿਸ ਬੰਦੇ ਦੀ ਫਰਜੀ ਪਾਵਰ ਬਟੋਨੀ ਬਣਾਈ ਹੂਆ ਉਸ ਬੰਦੇ ਦਾ ਰੈ residency ਕਾਰਡ ਖੋਲਿਆ ਸੀਗਾ ਉਹਦੇ ਬੋਡੀਗਾਰਡ ਦੇ ਬਿਆਨਾਂ ਦੇ ਵਿੱਚ ਲਿਖਿਆ ਹੋਇਆ ਜਿਹੜਾ ਉਹਦੇ ਤੇ ਪਰਚਾ ਦਰਜ ਹੋਇਆ ਉਹਦੀ ਇਨਕੁਆਇਰੀ ਦੇ ਵਿੱਚ ਲਿਖਿਆ ਹੋਇਆ ਇਹਨੇ ਉਹਦਾ ਉਹਨੂੰ ਕਹਿੰਦਾ ਲੱਖ ਰੁਪਈਆ ਲਿਆ ਆਪਣਾ ਰੈ residency ਕਾਰਡ ਲਿਆ ਉਹ ਕੋ ਨਹੀਂ ਹੋਗਾ ਲੱਖ ਰੁਪਈਆ ਉਹਨੂੰ ਵਰਤ ਕੇ ਮੇਰੀ ਦੂਜੀ ਕੋਠੀ ਦੀ ਫਰਜੀ ਪਾਵਰ ਬਟੋਨੀ ਬਣਾ ਕੇ ਉਹ ਵੇਚ ਦਿੱਤੀ ਸਾਨੂੰ ਨਹੀਂ ਪਤਾ ਲੱਗਾ ਇਹ ਤਾਂ ਉਹਦੇ ਤੇ ਪਰਚਾ ਦਰਜ ਹੋਇਆ ਉਸ ਬੰਦੇ ਤੇ ਬਾਜੂ ਮੇਰੇ ਘਰ ਇੱਕ ਨਵੀਂ ਪਾਲੀ ਉਹ ਗੱਡੀ ਖੜੀ ਸੀ ਉਹ ਚੋਰੀ ਕਰਾਤੀ ਪਤਾ ਹੁਣ ਲੱਗਾ ਵੀ ਉਹ ਵੀ ਇਹਨੇ ਰਜੇਸ਼ ਕੁਮਾਰ ਦੇ ਕੰਮ ਸੀਗੇ ਉਸੇ ਬੰਦੇ ਨੂੰ ਚੋਰੀ ਕਰਾਈ ਸਰ ਕਿਸੇ ਬੰਦੇ ਦਾ ਇੱਕ ਮੋਬਾਈਲ ਅਗਰ ਗਵਾਚੇ ਬੈ ਨਾ ਉਹਦੀ ਕੰਪਲੇਨਟ ਲਿਖੀ ਜਾਵੇ ساتھ ساتھ ਮੋਬਾਈਲ ਰਜੇਸ਼ ਕੁਮਾਰ ਨੇ ਖੋਇਆ ਮੇਰੀ ਇੱਕ ਵੀ ਕੰਪਲੇਂਟ ਨਹੀਂ ਲਿਖੀ ਗਈ ਪਰ ਤੁਸੀਂ ਕਹਿੰਦੇ ਸੀ ਪਰਚਾ ਤਾਂ ਦਰਜ ਹੋ ਗਿਆ ਪੁਲਿਸ ਵਾਲਿਆਂ ਖਿਲਾਫ ਐਫ ਆਰ ਵੀ ਤੁਹਾਡੇ ਕੋਲ ਹੋਣੀ ਆ ਉੱਥੇ ਫਿਰ ਕਾਰਵਾਈ ਕਿਉਂ ਨਹੀਂ ਹੋਈ ਕਿੱਥੇ ਤੁਹਾਨੂੰ ਲੱਗਦਾ ਕੋਰਟ ਕਿੱਥੇ ਨਹੀਂ ਹੋਣ ਦਿੰਦਾ ਸੀ ਕਿਉਂਕਿ ਜਿਹੜਾ ਸਰਬਜੀਤ ਸੀਗਾ ਦੇਖੋ ਜੀ ਸਰਬਜੀਤ ਦਾ ਤਾਂ ਕਹਿੰਦੇ ਐਕਸੀਡੈਂਟ ਹੋਇਆ ਬਟ ਸਰਬਜੀਤ ਕੌਣ ਕੁਈ ਪੁਰਸਲਾ ਸੀ 13 ਨੰਬਰ ਦੇ ਬਲੋ ਜਿਹੜਾ ਇਹਦੇ ਤੇ ਪਰਚਾ ਦਰਜ ਹੋਇਆ ਸੀਗਾ ਜਸਵਿੰਦਰ ਜੱਸੀ ਤੇ ਜਿਹੜੇ ਨੇ ਇਹਨਾਂ ਨੇ ਮਾਫੀਆ ਬਣਾਏ ਹੋਇਆ ਤੇ ਉਹ ਵਿਚਾਰਾ ਚਲੋ ਐਕਸੀਡੈਂਟ ਹੋਇਆ ਉਹ ਤਾਂ ਖਤਮ ਹੋ ਗਿਆ ਉਹਦੇ ਤਿੰਨ ਟੁਕੜੇ ਹੋ ਗਏ ਤੇ ਚਲਾ ਗਿਆ ਸਰਜੀਤ ਵੀ ਪੁਰਸਲਾ ਸੀਗਾ ਜਿਹਨੇ ਪਰਚਾ ਕੌਣ ਸੀ ਅਸੀਂ ਮਤਲਬ ਕਿ ਪੀੜਤ ਸੀਗਾ ਤੁਹਾਡੇ ਵਾਂਗੂ ਤੇ ਉਹ ਮੋਹਰੇ ਸੀਗਾ ਤੇ ਰਾਮ ਬੰਦੇ ਉਹਦੇ ਪਿੱਛੇ ਮਤਲਬ ਬਿਆਨ ਦੇ ਕੇ ਉਹ 193 ਨੰਬਰ ਐਫਆਈਆਰ ਦਾ ਮਾਫੀਆ ਲੁਧਿਆਣਾ ਚ ਕਬਜ਼ੇ ਲੈਂਦਾ ਸੀ ਉਹਦੇ ਜਿਹੜੇ ਪੀੜਤ ਬੰਦੇ ਇਕੱਠੇ ਹੋ ਗਏ ਸੀ ਤੁਸੀਂ ਇਕੱਠੇ ਹੋ ਗਏ ਸੀ 77 ਬੰਦੇ ਜਿਨ੍ਹਾਂ ਵਿੱਚੋਂ ਹਜੇ ਪੁਲਿਸ ਸ਼ੈਟ ਨੇ ਇਨਕੁਆਰੀ ਕੀਤੀ 13 ਬੰਦੇ ਵੱਲੋਂ ਇੱਕ ਮੇਰੇ ਵੱਲੋਂ ਇੱਕ ਤੇ ਥਾਣੇਦਾਰ ਦੇ ਮੇਰੇ ਵੱਲੋਂ ਇੱਕ ਪਰਚਾ ਦਰਜ ਹੋਇਆ ਰਾਨੀਆ ਉਹ ਕਹਿੰਦਾ ਹਾਂ ਮੈਂ ਲੁੱਟਿਆ ਮੈਂ ਪੈਸੇ ਦੇਣ ਨੂੰ ਤਿਆਰ ਹਾਂ ਏਡੀਜੀ ਵੀ ਕ੍ਰਾਈਮ ਕਹਿੰਦਾ ਨਾ ਨੋ 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 ਪਰਚਾ ਦਰਜ ਨਾ ਕਰੋ ਇਹਨੂੰ ਪੈਸੇ ਦੇ ਦਿਓ ਸਰ ਇੱਕ ਕ੍ਰਾਈਮ ਹੋ ਰਿਹਾ ਕ੍ਰਾਈਮ ਕਰਨ ਵਾਲਾ ਕਹਿੰਦਾ ਮੈਂ ਕੀਤਾ ਔਰ ਕੈਸਾ ਏਡੀਜੀ ਵੀ ਕ੍ਰਾਈਮ ਮੰਨਦਾ ਕਹਿੰਦਾ ਪਰਚਾ ਨਾ ਦਰਜ ਕਰਿਓ ਪੈਸੇ ਅਸੀਂ ਭਿਖਾਰੀ ਆ ਵਾਏ ਲਈ ਤੁਹਾਡੇ ਕੋਲ ਮੰਗਾ ਹੁਣ ਜਦੋਂ ਨਵੀਂ ਸਰਕਾਰ ਬਣੀ ਤੀਜੀ ਵਾਰ ਤੁਸੀਂ ਆ ਚੁੱਕੇ ਹੋ ਮੈਂ ਮੰਗ ਕੀ ਆ ਤੁਹਾਡੀ ਨਵੀਂ ਸਰਕਾਰ ਤੋਂ ਸਰ ਮੰਗੇ ਆ ਕਿ ਜਿਹੜੀਆਂ ਇਹਨਾਂ ਨੇ ਆ ਇਹਨਾਂ ਗਲਤ ਕੰਮ ਕੀਤੇ ਹੋ ਆ ਜਿਹੜੀਆਂ ਇਹ ਵੱਡੇ ਅਫਸਰਾਂ ਨੇ ਇਨਕੁਆਰੀਆਂ ਕੀਤੀਆਂ ਆ ਕਿ ਉਹ ਗਿਰੋਹ ਜਿਹੜਾ ਹੈਗਾ ਉਹ ਗਲਤ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਅੱਜ ਤੱਕ ਕਾਰਵਾਈ ਨਹੀਂ ਹੋਈ ਜਿੰਨੇ ਤੁਸੀਂ ਸਹੀ ਇਨਕੁਆਰੀ ਕਿਹੜੇ ਅਫਸਰ ਦੀ ਮੰਨਦੇ ਜਿਹੜੀ ਤੁਹਾਨੂੰ ਇਨਕੁਆਰੀ ਰਹੀਂ ਇਨਸਾਫ ਮਿਲਦਾ ਹੋਵੇ ਕਿਹੜਾ ਅਧਿਕਾਰੀ ਨੂੰ ਸਹੀ ਮੰਨਦੇ ਸਤ ਸਪ ਤਾਂ ਪਹਿਲਾਂ ਤਾਂ ਸਾਡੇ ਅਮਰਦੀਪ ਸਿੰਘ ਰਾਏ ਸੈੱਟ ਬਣੀ ਸੀਗੀ ਆਹੀ ਸਾਡੇ ਹੁਕਮ ਨਾਲ ਇਹਨਾਂ ਨੇ ਪਰਚੇ ਦਰਜ ਕਰ ਦਿੱਤੇ ਇਹ ਇੱਕ ਫਰਜੀ ਔਰਤ ਨੂੰ ਲੈ ਕੇ ਦੇਖੋ ਸਰ ਮੈਨੂੰ ਦਰਦ ਹੁੰਦਾ ਮੈਂ ਸੀਐਮਪੀਐਮ ਜੇਬ ਉਹ ਡੀਜੀਪੀ ਅਡੀ ਮੈਂ ਥੋੜੀ ਫਿਰਦੀ ਆ ਅਗਰ ਮੈਂ ਹੋਵਾਂ ਹੀ ਨਾ ਤਾਂ ਇਨਕੁਆਰੀ ਕਿੱਥੋਂ ਹੋ ਸਕਦੀ ਹੈ ਜਦੋਂ ਇਹਨਾਂ ਦੇ ਪਰਚੇ ਦਰਜ ਹੋ ਇਹਨਾਂ ਨੇ ਇੱਕ ਫਰਜੀ ਔਰਤ ਖੜੀ ਕਰਕੇ ਉਹਦਾ ਐਡਰੈਸ ਵੀ ਹੈ ਨਹੀਂ ਉਹ ਲੈ ਗਏ ਉੱਥੇ ਵੱਡ ਰੇਂਜ ਦੇ ਉੱਤੇ ਚੱਕ ਕੇ ਆਖੇ ਜੀ ਪਰਚੇ ਕੈਂਸਲ ਕਰ ਦਿਓ ਤੋਡੇ ਥਾਂ ਤੇ ਕੋਈ ਡੁਪਲੀਕੇਟ ਖੜੀ ਕਰਤੀ ਹੈ ਨਹੀਂ ਤੁਹਾਡੇ ਥਾਂ ਤੇ ਕੋਈ ਡੁਪਲੀਕੇਟਰ ਹੈ ਜਿਹੜੀ ਇਨਕੁਆਰੀ ਲੱਗੀ ਅੱਛਾ ਇਹਨਾਂ ਲੋਕਾਂ ਤੇ ਜਿਹੜੇ ਪਰਚੇ ਦਰਜ ਹੋਏ ਜਿਹੜੀ ਮੁਦੇਈ ਬਣਾਈ ਜਨਾਨੀ ਇਹਨਾਂ ਨੇ ਉਹ ਜਨਾਨੀ ਹੈ ਨਹੀਂ ਅੱਛਾ ਔਰ ਉਹਦਾ ਐਡਰੈਸ ਵੀ ਹੈ ਨਹੀਂ ਉਹ ਸਾਰੀਆਂ ਹੁਣ thorough ਇਨਕੁਆਰੀਆਂ ਹੋਈਆਂ ਆਰਟੀਆਈ ਦੇ ਵਿੱਚ ਇਨਕੁਆਰੀਆਂ ਲਈਆਂ ਕਿ ਉਹਦਾ ਤਾਂ ਕੋਈ ਵਜੂਦ ਹੀ ਹੈ ਨਹੀਂ ਫਿਰ ਇਹਨਾਂ ਨੇ ਉਹਦੇ ਪਰਚੇ ਕਿੱਦਾਂ ਕੈਂਸਲ ਕਰਤੇ ਚਲੋ ਕਰਦੇ ਚ ਐਡੀ ਮੈਂ ਕੋਈ ਗਵਰਨਮੈਂਟ ਨਹੀਂ ਦੇਖੀ ਜੀ ਨਹੀਂ ਪੁਲਿਸ ਹੈਗੀ ਹੈ ਜਿੱਦਾਂ ਸਾਡੀ ਪੁਲਿਸ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਆ ਕਿ ਸਾਨੂੰ ਇਨਸਾਫ ਮਿਲ ਜਵੇ ਕਈ ਅਫਸਰ ਜਿਹੜੇ ਬਟ ਐਡੀ ਜੀਪੀ ਕੋਲ ਨਹੀਂ ਪੇਸ਼ ਨਹੀਂ ਜਾਣ ਦਿੱਤੀ ਡੀਜੀਪੀ ਨੇ ਹੁਕਮ ਦਿੱਤਾ ਹੁਣ ਤਾਂ ਹੋਰ ਨਵੇਂ ਸਾਰੇ ਅਫਸਰ ਬਦਲੇ ਹੋਏ ਨੇ ਨਾ ਹੁਣ ਤਾਂ ਤੁਹਾਨੂੰ ਇਨਸਾਫ ਮਿਲ ਸਕਦਾ ਹੁਣ ਦਿੱਕਤ ਕਿੱਥੇ ਆ ਰਹੀ ਹੈ ਲਡਾ ਜੀ ਦੇਖਦੇ ਆ ਕੀ ਕਰਦੇ ਮੈਂ ਪਰਸੋਂ ਗਈ ਸੀ ਮੁਖਸ਼ਾ ਸਾਹਿਬ ਮੈਂ ਐਸਐਸਪੀ ਸਾਹਿਬ ਨੂੰ ਮਿਲੀ ਮੈਂ ਕਹਾਂ ਜੀ ਇਹਨਾਂ ਇਨਕੁਆਰੀਆਂ ਵੀ ਹੋ ਗਈਆਂ નિર્ਦੋਸ਼ ਵੀ ਕਰ ਦਿੱਤਾ નિર્ਦੋਸ਼ ਹੋਣ ਦਾ ਕੀ ਮਤਲਬ ਹੈ ਕਿਸੇ ਬੰਦੇ ਨੂੰ ਲੁਧਿਆਣੇ ਤੋਂ ਕਿਡਨੈਪ ਕਰਕੇ ਮੁਕਸਰ ਸਾਹਿਬ ਲੈ ਜਾਣਾ ਲੁੱਟਣਾ ਫਿਰ ਉਹਦਾ ਮਰਡਰ ਕਰਨਾ ਇਹਦਾ ਕੋਈ ਉਹ ਕਹਿੰਦੇ ਉਹ ਬੜੇ ਹੈਰਾਨ ਹੋਏ ਸੁਣ ਕੇ ਕਹਿੰਦੇ ਜਦੋਂ ਪਹਿਲੀ ਵਾਰੀ ਇਨਕੁਆਰੀ ਹੋਈ ਤਾਂ ਉਹਨਾਂ ਤੇ 182 ਕਿਉਂ ਨਹੀਂ ਲੱਗੀ ਮੈਂ ਕਿਹਾ ਜੀ ਪਤਾ ਨਹੀਂ ਕਹਿੰਦੇ ਉਤੋਂ ਬਾਅਦ ਆਈ ਜੀ ਗੁਰਪ੍ਰੀਤ ਸਿੰਘ ਮੈਮ ਨੇ ਥੋੜੋ ਇਨਕੁਆਇਰੀ ਕਰਕੇ ਡੀ ਇਲੀਗਲ ਦੀ ਰਾਹ ਲੈ ਕੇ ਤੈਨੂੰ નિર્ਦੋਸ਼ ਕੀਤਾ ਅਗਲੀ ਕਾਰਵਾਈ ਕਿਉਂ ਨਹੀਂ ਕੀਤੀ ਮੈਂ ਕਿਹਾ ਜੀ ਪਤਾ ਨਹੀਂ ਕਹਿੰਦੇ ਫਿਰ ਮੁਕਸ਼ਾ ਦੇ ਐਸਐਸਪੀ ਨੇ ਸੈੱਟ ਬਣਾ ਕੇ ਸੀਨੀਅਰ ਅਫਸਰਾਂ ਨੇ ਤੈਨੂੰ નિર્ਦੋਸ਼ ਕੀਤਾ ਕਹਿੰਦੇ ਮੈਂ ਬੜਾ ਹਰਾਨ ਆ ਕਿਤਾ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਅਫਸਰ ਜਿਹੜੇ ਇਮਾਨਦਾਰ ਅਫਸਰ ਆ ਉਹ ਚਾਹੁੰਦੇ ਆ ਕਿ ਟੂ ਦਾ ਪੁਆਇੰਟ ਲਾਫੁਲੀ ਚੱਲਿਆ ਜਾਵੇ ਬਟ ਇਹ ਜਿਹੜਾ ਗਰੋ ਬੈਠਾ ਹੋਇਆ ਨਾ 5ਵੀਂ 6ਵੀਂ ਮੰਜ਼ਲ ਤੇ ਜਦ ਤੱਕ ਇਹਨਾਂ ਦੀ ਇਨਕੁਆਰੀ ਨਹੀਂ ਹੋਣੀ ਤਦ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਤੇ ਨਮਾ ਫਿਰ ਡੀਜੀਪੀ ਲੱਗ ਗਿਆ ਤੇ ਅੱਜ ਤੁਸੀਂ ਮੁੱਖ ਮੰਤਰੀ ਹੌਸਪੀਟਲ ਮਿਲ ਕੇ ਆਉਂ ਉਥੋਂ ਦੇ ਅਧਿਕਾਰੀਆਂ ਨੇ ਤੁਹਾਨੂੰ ਕੀ ਭਰੋਸਾ ਦਿੱਤਾ ਅੱਜ ਸਰ ਮੈਨੂੰ ਤਾਂ ਇਹ ਹੈ ਜਦ ਤੱਕ ਮਾਨ ਸਾਹਿਬ ਨੇ ਨਹੀਂ ਮਿਲਣਾ ਸੀਐਮ ਸਾਹਿਬ ਨੇ ਜਦ ਤੱਕ ਉਹਦੇ ਦਿਮਾਗ ਦੇ ਵਿੱਚ ਸਾਹਮਣੇ ਫੇਸ ਟੂ ਫੇਸ ਗੱਲ ਨਹੀਂ ਪੈਣੀ ਤਦ ਤੱਕ ਗੱਲ ਨਹੀਂ ਬਣਨੀ ਸੋ ਮੈਂ ਵੀ ਉਬੇ ਕੀਤਾ ਯੋਗ ਬਰਾੜ ਸਾਹਿਬ ਨੇ ਕਿਹਾ ਕਿ ਤੁਸੀਂ ਥੋੜੀ ਦੇਰ ਹੋਰ ਵੇਟ ਕਰ ਲਓ ਮੈਂ ਕਿ ਜਿੱਥੇ ਇੰਨੀ ਕੀਤੀ ਹੋਰ ਬਟ ਇੱਕ ਗੱਲ ਯਾਦ ਰੱਖਿਓ 15 ਅਗਸਤ ਆ ਰਿਹਾ ਅਗਰ ਮੈਨੂੰ ਇਹ ਸਾਹਿਬ ਨਹੀਂ ਮਿਲਿਆ ਮੈਂ 15 ਅਗਸ ਨਹੀਂ ਮਨਾਉਣ ਦਊਂਗੀ ਚਾਹੇ ਇੱਥੇ ਜੋ ਮਰਜ਼ੀ ਹੋ ਜਾਵੇ ਮੈਂ ਕਹਿ ਕੇ ਆਈ ਹਾਂ ਹੁਣ ਅੱਜ ਦੀ ਡੇਟ 'ਚ ਜੇਪ ਲਾਈ ਤੁਹਾਡੀ ਪ੍ਰਾਪਰਟੀ ਦਾ ਸਾਹਿਬ ਕਿੰਨੇ ਕ ਤੁਹਾਡੀ ਜਾਇਦਾਦ ਲੈਂਡ ਮਾਫੀਆ ਨੇ ਆਪਣੇ ਕਬਜ਼ੇ 'ਚ ਕੀਤੀ ਜਿਸ ਤੇ ਤੁਸੀਂ ਕਹਿੰਦੇ ਸੱਤੋ ਮੋਬਾਈਲ ਨੇ ਝੂਠੇ ਕੇਸ ਵੀ ਪਾਏ ਕਿੰਨਾ ਕ ਨੁਕਸਾਨ ਤੁਸੀਂ ਉਠਾ ਚੁੱਕੇ ਪਹਿਲਾਂ ਇੱਕ ਗੱਲ ਦੱਸੋ ਮੈਂ ਗੈਣਿਆਂ ਨੰਬਰ ਹੀ ਹੁੰਦੀ ਸੀ ਮੇਰੇ ਸੱਤ ਮੁੰਡੀਆਂ ਸੀ ਦੋ ਗਾਲ ਚ ਮਟਰ ਮਾਲਾ ਮੇਹੀ ਰਿੰਗਸ ਮੇਰੇ ਸਾਡੇ ਮੈਂ 670 ਯੂਰੋ ਬੱਚੇ ਆਏ ਸੀਗੇ ਮੇਰੇ ਬੈਗ ਦੇ ਵਿੱਚ ਪੈਸੇ ਸੀ ਪਹਿਲਾਂ ਡੱਕਾ ਮਾਰਿਆ ਚੱਕ ਕੇ ਲੈ ਗਏ ਚਾਰ ਮੋਬਾਈਲ ਚੱਕੇ ਬਾਦ ਦੋ ਰਜੇਸ਼ ਕੁਮਾਰ ਨੇ ਸ਼ਰੇਮ ਮੇਰੇ ਸਰ ਇਹਨਾਂ ਨੇ ਕਿ 25 ਕਰੋੜ ਦਾ ਤੁਹਾਨੂੰ ਨੁਕਸਾਨ ਕਰਾਇਆ ਇੱਕ ਵਾਰ ਮੇਰਾ ਸਾਰਾ ਕਾਰੋਬਾਰ ਤਬਾਹ ਹੋ ਗਿਆ ਫਰਾਂਸ ਦੇ ਵਿੱਚ ਮੈਨੂੰ ਇੱਥੇ ਇੱਕ ਅ디 ਕਹਿੰਦੇ ਓਏ ਐਡੀ ਜੀ ਵੀ ਕਹਿੰਦਾ ਮਾਲਕ ਮੰਗਾਣੇ ਆ ਤਾਂ ਕਿ ਹੋਇਆ ਇਹਨੂੰ ਜੇਲ੍ਹ ਚ ਬੰਦ ਕਰੂ ਗੁੰਡੇ ਨਹੀਂ ਕੱਢਨੇ ਠੀਕ ਹੈ ਬਾਰ ਬਾਰ ਮੇਰੇ ਕਹਿੰਦੇ ਤੁਹਾਨੂੰ 25 30 ਕਰੋੜ ਦਾ ਨੁਕਸਾਨ ਕੀਤਾ ਲੈਂਡ ਮਾਫੀਆ ਨੇ ਬਿਲਕੁਲ ਪੁਲਿਸ ਨੇ ਅਧੂਰਾ ਇਨਸਾਫ ਦਿੱਤਾ ਹੈ ਦੇਖੋ ਪੁਲਿਸ ਜਿਹੜੇ ਜਿਹੜੇ ਰੀਅਲ ਪੁਲਿਸ ਆ ਉਹ ਇਨਸਾਫ ਦਿੰਦੀ ਸੀ ਭਟੇ ਦੇਣੀਂ ਦਿੰਦੇ ਸੀ ਕੈਂਸਲ ਕਰ ਦਿੰਦੇ ਸੀ ਜੇ ਦਾ ਹੱਲ ਕੀਆ ਤੁਸੀਂ ਕੋਰਟ ਦੇ ਵਿੱਚ ਵੀ ਕੇਸ ਕੀਤੇ ਨੇ 10 ਕਰੋੜ ਦਾ ਹਰਜਾਨੇ ਦਾ ਕੇਸ ਪਾਇਆ ਤੇ ਤੁਹਾਨੂੰ ਮਤਲਬ ਇਨਸਾਫ ਕਦੋਂ ਮਿਲੂ ਕੀ ਸੋਚਦੇ ਨੇ ਤੁਸੀਂ ਰੋਜ਼ ਮੈਂ ਪਹਿਲਾਂ ਇਹਨਾਂ ਤੋਂ ਮੰਗਿਆ ਮੈਂ ਕਿ ਮੇਰੇ 10 ਕਰੋੜ ਰੁਪਏ ਦੋ ਮੈਂ ਆਪਣੇ ਰੈਸਟੋਰੈਂਟ ਖੋਲਣ ਜਾ ਕੇ ਜਿਹੜੇ ਬੰਦ ਹੋ ਗਏ ਆ ਇਹਨਾਂ ਨੇ ਮੈਨੂੰ ਲਿਖਤੀ ਰੂਪ ਦੇ ਵਿੱਚ ਐਨਆਰਆਈਜੀ ਨੇ ਤਾਂ ਐਡੀਜੀਪੀ ਕ੍ਰਾਈਮ ਨੇ ਲਿਖਤੀ ਰੂਪ ਚ ਦਿੱਤਾ 20 ਸਾਢੇ ਬਸ ਵਿੱਚ ਨਹੀਂ ਤੂੰ ਕੋਰਟ ਤੋਂ ਮੰਗ ਚਲੋ ਸਾਡੇ ਕੋਲ ਜੈਨੂਇਨ ਇਨਕੁਆਰੀਸ ਆ ਤੇ ਸਾਡੇ ਕੋਲ ਆਰਟੀਆਈ ਐਸ ਦੀ ਇਨਕੁਆਰੀਸ ਆ ਮੈਂ ਕੋਰਟ ਚ ਕੇਸ ਪਾਉਣੇ ਸ਼ੁਰੂ ਕਰ ਦਿੱਤੇ ਉੱਤੋਂ ਬਾਅਦ ਇਹਨਾਂ ਨੇ ਕਿਹਾ ਵੀ ਇਦਾਂ ਕਰੋ ਜਦੋਂ ਇਹਨਾਂ ਤੇ 7 ਮੱਠਮਾ ਕੇਸ ਪਿਆ ਕਹਿੰਦੇ ਇਹਨੂੰ ਕਿਡਨੈਪ ਕਰਕੇ ਨਾ ਤੇ ਇਹਨ ਮਾਰ ਦੋ ਤੇ ਕੇਸ ਸਭ ਖਤਮ ਹੋ ਜਾਣਗੇ ਕੋਸ਼ਿਸ਼ ਕੀਤੀ ਮਾਰਨ ਦੀ ਤੁਹਾਨੂੰ ਫਿਰ ਸਰ ਮੈਨੂੰ ਜਿਹੜੇ ਸਾਡੇ ਐਸ ਕਮਿਸ਼ਨਰ ਪੁਲਿਸ ਲੁਧਿਆਣਾ ਔਰ ਸਾਡੇ ਸੁਰੇਂਦਰ ਲੰਬਾ ਜੀ ਉਸ ਵੇਲੇ ਸਪੈਸ਼ਲ ਆਫੀਸਰ ਸੀਗੇ ਉਹਨਾਂ ਨੇ ਉਸੇ ਬਲੇ ਆਰਡਰ ਕੱਢਿਆ ਕਹਿੰਦੇ ਇਮੀਡੀਏਟਲੀ ਉਹ ਸਾਰੇ ਬੰਦੇ ਚੱਕੋ ਔਰ ਉਹਨਾਂ ਨੂੰ ਕੋਰਟ 'ਚ ਪੇਸ਼ ਕਰੋ ਯਕਨ ਥੋੜੇ ਜੇਰ ਬਾਅਦ ਪਤਾ ਲੱਗਾ ਵੀ ਉਹ ਆਰਡਰ ਜਿਹੜਾ ਉਹ ਗਾਇਬ ਹੋ ਗਿਆ ਕਿਸੇ ਨੇ ਕਮਿਸ਼ਨਰ ਸਾਹਿਬ ਦੇ ਆਪੇ ਹੀ ਸੀਨ ਐਂਡ ਫਾਈਲ ਕਰਕੇ ਉਹ ਖਤਮ ਕਰ ਦਿੱਤਾ ਹੁਣ ਕੋਸਤਵ ਸ਼ਰਮਾ ਹੈ ਤੁਹਾਡੇ ਸੀਪੀ ਲੁਧਿਆਣਾ ਦੇ ਕੋਸਤਵ ਡਾਕਟਰ ਕੋਸਤਵ ਸ਼ਰਮਾ ਕਾਫੀ ਇਮਾਨਦਾਰ ਨੇ ਉਹਨਾਂ ਕੋਲ ਵੀ ਤੁਸੀਂ ਆਪਣੀ ਗੱਲ ਠਾਓਗੇ ਜੀ ਸਰ ਉਹ ਵਿਚਾਰੇ ਕੀ ਕਰਨਗੇ ਜਦ ਜਦ ਤੱਕ ਆ ਜਿਹੜਾ ਪੰਜਵੀਂ ਛੇਵੀਂ ਦੋਤੇ ਬੈਠਾ ਹੋਇਆ ਨਾ ਸੈਕਟਰ 9 ਵਾਲੇ ਅਧਿਕਾਰੀ ਜਿਹੜੇ ਹੈਗੇ ਉਹ ਤੁਹਾਨੂੰ ਇਨਸਾਫ ਨਹੀਂ ਦੇ ਰਹੇ ਹੈ ਨਹੀਂ ਜਿਹੜੇ ਸੈਕਟਰ 9 ਹੈਡ ਆਫਸ ਹੈ ਪੁਲਿਸ ਦਾ ਉਹਨਾਂ ਦਾ ਅਫੀਸਰ ਸਾਰੇ ਹੁੰਦੇ ਸਾਡੇ ਅਫੀਸਰ ਇਮਾਨਦਾਰੀ ਨਾਲ ਦੇਣਾ ਚਾਹੁੰਦੇ ਇਨਸਾਫ ਕਿਉਂਕਿ ਦੇਖੋ ਜਸ ਨਹੀਂ ਤਾਂ ਸਾਰੇ ਕਸ ਦੀ ਏਥੇਲੇ ਪੁਲਿਸ ਵਾਲਿਆਂ ਨਾਲ ਕੋਈ ਮਿਲੀ ਭਗਤ ਉੱਪਰਲੇ ਅਧਿਕਾਰੀਆਂ ਦੀ ਇਹ ਤਾਂ ਪ੍ਰੋਪਰ ਜਾਂਚ ਹੋਵੇ ਨਹੀਂ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਲੁੱਟਿਆ ਠੱਗਿਆ ਫੋਨ ਕੋ ਉਹਨਾਂ ਬੰਦਿਆਂ ਦੇ ਤਾਂ ਕਿਸੇ ਦਾ ਹੱਥ ਹੈਗਾ ਹੀ ਹੈ ਨਾ ਬਿਲਕੁਲ ਉਹਨਾਂ ਦੀ ਫਿਰ ਜਾਂਚ ਹੋਵੇ ਸਾਰੇ ਕਾਲ ਜੀ ਕਹਿੰਦੇ ਹੁੰਦੇ ਸੀ ਜਦੋਂ ਡਾਕਾਪੀਆ ਨਾ ਐਸਐਚਓ ਡੋਡਾ ਡੋਡਾ ਆਇਆ ਕਹਿੰਦਾ ਉਤੋਂ ਫੋਨ ਆ ਗਿਆ ਪਰਚਾ ਨਾ ਦਰਜ ਕਰਕੇ ਉਹ ਸਾਨੂੰ ਉਹਦਾ ਪਤਾ ਹੀ ਨਹੀਂ ਸੀ ਕਿ ਉੱਤੋਂ ਕੌਣਾ ਹੈ ਜਦੋਂ ਐਸਐਸਪੀ ਕੋਲ ਜਾਂਦੇ ਸੀ ਉਹ ਕਹਿੰਦਾ ਸੀ ਉੱਤੋਂ ਪ੍ਰੈਸ਼ਰ ਪੈਂਦਾ ਹੁਣ ਸਾਨੂੰ ਕੀ ਪਤਾ ਸੀ ਕਿ ਉੱਤੋਂ ਨਾਲੇ ਸਰ ਜਿੰਨਾ ਚਿਰ ਸਬੂਤ ਨਾ ਹੋਵੇ ਹੁਣ ਸਾਡੇ ਕੋਲ ਸਬੂਤ ਆ ਹੁਣ ਅਸੀਂ ਦੱਸ ਸਕਦੇ ਆ ਕਿ ਹੂ ਇਜ਼ ਸੀ ਇਹ ਐਲਜੀਪੀ ਕਰਾਉਣ ਕੌਣ ਹੁੰਦਾ ਹੁਕਮ ਦੇਣ ਵਾਲਾ ਵੀ ਮਾਲਕ ਮਕਾਨ ਨੂੰ ਜੇਲ੍ਹ ਚ ਬੰਦ ਕਰੋ ਗੁੰਡੇ ਦੇ ਘਰੋਂ ਨਾ ਕੱਢਿਓ ਸੋ ਇਹਨੇ ਮੇडम ਜਗENDER ਕੌਰ ਜੋ ਐਨਆਰਆਈ ਨੇ ਜਿਨ੍ਹਾਂ ਨੂੰ 19 ਸਾਲ ਹੋ ਗਏ ਇਨਸਾਫ ਦੀ ਮੰਗ ਕਰਦੇ ਹਨ ਪਰ ਇਨਸਾਫ ਇਹਨਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਉਹਨਾਂ ਨਵੀਂ ਸਰਕਾਰ ਨੇ ਭਰੋਸਾ ਜ਼ਰੂਰ ਦਿੱਤਾ ਕਿ ਸਾਰੇ ਮਾਮਲੇ ਦੀ ਇਨਕੁਆਇਰੀ ਕੀਤੀ ਜਾਏਗੀ। ਇਹਨਾਂ ਦੇ ਕੇਸ ਵਿੱਚ ਨਹੀਂ ਲੁਧਿਆਣਾ ਦੇ ਜਿਨ੍ਹਾਂ ਲੈਂਡ ਮਾਫੀਆ ਨੇ ਜਿਨ੍ਹਾਂ ਨੇ ਆਮ ਲੋਕਾਂ ਨੂੰ ਧੰਕ ਕੀਤਾ ਜਿਨ੍ਹਾਂ ਦੀਆਂ ਜ਼ਾਇਦਾਦਾਂ ਨੱਪੀਆਂ ਨੇ ਸਾਰੇ ਕੇਸ ਦੀ ਜਾਂਚ ਕਰਾਉਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹਨਾਂ ਨੂੰ ਭਰੋਸਾ ਦਿੱਤਾ ਤੇ ਉਹਨਾਂ ਦੇ ਅਧਿਕਾਰੀਆਂ ਨੇ ਵੀ ਭਰੋਸਾ ਦਿੱਤਾ ਹੈ। ਦੇਖਦੇ ਹਾਂ ਉਹਨਾਂ ਲਈ ਕੁਝ ਦਿਨਾਂ ਦੌਰਾਨ ਇਹਨਾਂ ਨੂੰ ਇਨਸਾਫ ਕੀ ਮਿਲ ਸਕੇਗਾ ਜਾਂ ਫਿਰ ਇਨਸਾਫ ਇਹਨਾਂ ਤੋਂ ਫਿਰ ਪਹਿਲਾਂ ਦੀ ਤਰ੍ਹਾਂ ਦੂਰ ਭੱਜਿਆ ਜਾਏਗਾ ਸਾਡੀ ਨਜ਼ਰ ਬਣੀ ਰਹੇਗੀ ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ ਮੀਆਂ ਬੁਰਾਦ ਅਲੀ ਜੀ ਖੁਦਾ ਦੇ ਕਰ ਤੇਰ ਹੈ ਅੰਧੇਰ ਨਹੀਂ ਹਰ ਸਮੱਸਿਆ ਦਾ ਸਮਾਧਾਨ ਸਮੱਸਿਆ ਜੀਵੀ ਲਵ ਮੈਰਿਜ ਵਸ਼ਿੱਕਰਨ ਕੀਤਾ ਕਰਾਇਆ ਲੋਟਰੀ ਨੰਬਰ ਹੋਵੇ ਯੈਲੂਟੋ ਮੈਕਸ 649 मेरे मेरे और मेरे पति के बीच में बहुत बहुत अनबन रहती थी, जिसकी वजह से से मैं बहुत सारे तांत्रिकों से मिली, पर मुझे कोई समाधान नहीं मिला। उसके बाद मैं में मुराद अली जी से मिली, अली कि दसिया मैं अपने वैवाहिक जीवन में बहुत खुश हाँ कारोबार एकदम ठप हो गया अरे हो गए ਫੇਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਵਾਲੇ ਦੱਸਿਆ ਉਹਨਾਂ ਨੇ ਸਾਡੀ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਕਾੜਾ ਕਰ ਦਿੱਤਾ ਹੁਣ ਅਸੀਂ ਬਹੁਤ ਖੁਸ਼ ਹੁਣੇ ਕਾਲ ਕਰੋ 98417 18786 97797 24075